ਕਹਿੰਦੇ ਹਨ ਜਿੱਥੇ ਚਾਹ ਉੱਥੇ ਰਾਹ, ਤੇ ਇਹੀ ਲਾਗੂ ਹੁੰਦਾ ਨਸ਼ਾ ਛੱਡਣ ਦੇ ਚਾਹਵਾਨ ਨੌਜਵਾਨਾਂ ਦੇ, ਕਿਉਂਕਿ ਆਪਣੇ ਆਪ ਨਾਲ ਛਿੜੀ ਇਸ ਜੰਗ ਦੇ ਵਿੱਚ ਤੁਸੀਂ ਖੁਦ ਨੂੰ ਹੀ ਮਾਤ ਪਾਉਣੀ ਹੁੰਦੀ ਹੈ। ਤੇ ਸੁਧਾਰ ਦੇ ਰਾਹ ਤੇ ਤੁਰੇ ਇਹਨਾਂ ਨੌਜਵਾਨਾਂ ਦੇ ਹੌਸਲੇ ਹੋਰ ਵੀ ਬੁਲੰਦ ਕਰਨ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਦਾ ਮਿਸ਼ਨ ਤੰਦਰੁਸਤ ਪੰਜਾਬ ਅਹਿਮ ਯੋਗਦਾਨ ਦੇ ਰਿਹਾ, ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਵਿੱਚ 5 ਓਟ ਤੇ 2 ਮੁੜ ਵਸੇਬਾ ਕੇਂਦਰ ਚਲਾਏ ਜਾ ਰਹੇ ਨੇ। ਇਹਨਾਂ 7 ਕੇਂਦਰਾਂ ਦੇ ਵਿੱਚ 2500 ਮਰੀਜ਼ਾਂ ਦਾ ਇਲਾਜ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਹੋ ਰਿਹਾ। ਸਰਕਾਰ ਵੱਲੋਂ ਦਿੱਤੀ ਜਾ ਰਹੀ ਇਸ ਮੁਫ਼ਤ ਦਵਾਈ ਦੀ ਸਹੂਲਤ ਦਾ ਨਸ਼ਾ ਛੱਡਣ ਆਏ ਨੌਜਵਾਨ ਲਾਭ ਲੈ ਰਹੇ ਨੇ। ਇਹ ਨੌਜਵਾਨ ਪੰਜਾਬ ਸਰਕਾਰ ਦੇ ਨਸ਼ੇ ਦੇ ਖਿਲਾਫ਼ ਕੀਤੇ ਜਾ ਰਹੇ ਜੋ ਵੀ ਕੰਮ ਨੇ ਉਹਨਾਂ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆਏ, ਤੇ ਨਸ਼ੇ ਤੋਂ ਤੌਬਾ ਕਰਦਿਆਂ ਹੋਇਆਂ ਹੋਰ ਲੋਕਾਂ ਨੂੰ ਵੀ ਨਸ਼ੇ ਤੋਂ ਦੂਰੀ ਬਣਾਉਣ ਦੀ ਅਪੀਲ ਇਹਨਾਂ ਨੌਜਵਾਨਾਂ ਨੇ ਕੀਤੀ। ਦੂਰ ਬੰਦੇ ਹਾਂ ਜੀ, ਪਹਿਲਾਂ ਅਸੀਂ ਛੋਟੇ ਹੁੰਦੇ ਜਦੋਂ ਕੰਮ ਧੰਦੇ ਜਾਂਦੇ ਜ਼ਿਮੀਂਦਾਰਾਂ ਦੇ, ਉੱਥੇ ਮਾੜੀ ਮੋਟੀ ਚੌੜ ਚੱਪੇ 'ਚ ਖਾ ਲੈਂਦੇ ਤੇ ਅਸੀਂ ਗਿੱਝ ਗਏ। ਗਿੱਝਣ ਤੋਂ ਬਾਅਦ ਜੇ ਆਪਦੀ ਲਿਆਉਣ ਲੱਗੇ, ਆਪਦੀ ਲਿਆਉਣ ਤੋਂ ਬਾਅਦ ਮਿਲਣੋਂ ਹਟ ਗਈ। ਮਿਲਣੋਂ ਹਟ ਤੋਂ ਜੀ ਘਰ ਦੇ ਇਹੋ ਜਿਹੇ ਹਾਲਾਤ ਹੋ ਗਏ ਅਤੇ ਬੱਚੇ ਪੜ੍ਹਨੋਂ ਹਟ ਗਏ, ਮੰਦਾ ਹਾਲ ਹੋ ਗਿਆ ਜੀ। ਉਹ ਤੋਂ ਬਾਅਦ ਜੀ ਫਿਰ ਗੋਲੀਆਂ ਗੁਲੀਆਂ ਖਾਈ ਗਏ ਸੁੱਖਾ ਸੱਖਾ, ਫਿਰ ਸਾਨੂੰ ਸਰਕਾਰ ਦੇ ਉਪਰਾਲੇ ਦਾ ਪਤਾ ਲੱਗਿਆ ਜੀ। ਮਾਨਸਾ ਹਸਪਤਾਲ ਖੋਲ੍ਹਿਆ ਗਿਆ, ਡਾਕਟਰ ਸਾਹਿਬ ਜਾਂਦੇ ਰਹੇ ਨੇ ਸਾਡੇ ਪਿੰਡ, ਅਤੇ ਉੱਥੋਂ ਜਦੋਂ ਸਾਨੂੰ ਪਤਾ ਲੱਗਿਆ ਜੀ, ਫਿਰ ਮੈਨੂੰ ਸਾਲ ਸਵਾ ਸਾਲ ਹੋ ਗਿਆ ਦਵਾਈ ਲੈਂਦੇ ਨੂੰ ਜੀ। ਬਹੁਤ ਵਧੀਆ ਇਹ ਦਵਾਈ ਹੈ ਜੀ, ਬਹੁਤ ਵਧੀਆ ਜਿਹੜੇ ਸਾਡੇ ਡਾਕਟਰ ਨੇ ਸਾਹਿਬਾਨ ਨੇ, ਅਤੇ ਸਾਰਾ ਮਹਿਕਮਾ ਸਾਡੀ ਬੜੀ ਮਦਦ ਕਰਦੇ ਜੀ। ਉਧਰ ਸਿਵਲ ਸਰਜਨ ਡਾਕਟਰ ਲਾਲ ਚੰਦ ਠੁਕਰਾਲ ਨੇ ਦੱਸਿਆ ਕਿ ਰੋਜ਼ਾਨਾ 700 ਤੋਂ 750 ਕਰੀਬ ਮਰੀਜ਼ ਇੱਥੇ ਦਵਾਈ ਲੈਣ ਆਉਂਦੇ ਨੇ, ਜਿਨ੍ਹਾਂ ਵਿੱਚੋਂ 150 ਦੀ ਦਵਾਈ ਘਟਾਈ ਜਾ ਚੁੱਕੀ ਹੈ ਤੇ 20 ਦੇ ਕਰੀਬ ਮਰੀਜ਼ ਪੂਰਨ ਤੌਰ ਤੇ ਨਸ਼ਾ ਛੱਡ ਚੁੱਕੇ ਨੇ। ਮਾਨਸਾ ਦੇ ਵਿੱਚ ਹੁਣ ਤੱਕ 5 ਸਾਡੇ ਕੋਲ ਓਟ ਸੈਂਟਰ ਚੱਲ ਰਹੇ ਹਨ, ਤੇ 1 ਡਰੱਗ ਡਿਡਿਕਸ਼ਨ ਸੈਂਟਰ ਜਿਹੜਾ ਕਿ ਖਿਆਲਾ ਕਲਾ ਹੈ, 1 ਠੂਠਿਆਂ ਵਾਲੀ ਰੋਡ ਤੇ ਸਾਡੇ ਕੋਲ ਰੀਹੈਬ ਸੈਂਟਰ ਹੈ ਜਿੱਥੇ ਸਾਡੇ ਕੋਲ ਸਾਰੀ ਫੈਸਿਲਿਟੀ ਹੈ। ਸਾਡੇ ਕੋਲ ਓਟ ਸੈਂਟਰਸ ਦੇ ਵਿੱਚ ਹੁਣ ਤਕਰੀਬਨ 2500 ਪੇਸ਼ੈਂਟ ਰਜਿਸਟਰਡ ਹਨ, ਜਿਨ੍ਹਾਂ ਵਿੱਚੋਂ ਰੋਜ਼ਾਨਾ 700 ਤੋਂ ਲੈ ਕੇ 750 ਪੇਸ਼ੈਂਟ ਰੋਜ਼ ਦਵਾਈ ਲੈਣ ਆਉਂਦੇ ਹਨ ਅਤੇ ਇਸ ਚੀਜ਼ ਦਾ ਦਵਾਈ ਖਾ ਰਹੇ ਹਨ। ਤਕਰੀਬਨ 150 ਪੇਸ਼ੈਂਟਾਂ ਦੀ ਜਿਹੜੀ ਦਵਾਈ ਹੈ ਉਹ ਘਟਾਈ ਜਾ ਚੁੱਕੀ ਹੈ ਅਤੇ 20 ਪੇਸ਼ੈਂਟ ਬਿਲਕੁਲ ਜਿਹੜਾ ਨਸ਼ਾ ਛੱਡ ਚੁੱਕੇ ਹਨ। ਸੋ ਪੰਜਾਬ ਸਰਕਾਰ ਵੱਲੋਂ ਕੀਤੇ ਦਾਅਵਿਆਂ ਦੇ ਮੁਤਾਬਕ ਨਸ਼ਾ ਪੂਰੀ ਤਰ੍ਹਾਂ ਤੇ ਖਤਮ ਤਾਂ ਨਹੀਂ ਹੋਇਆ, ਪਰ ਫਿਰ ਵੀ ਨਸ਼ੇ ਕਾਰਨ ਖਤਮ ਹੋ ਰਹੀ ਨੌਜਵਾਨੀ ਨੂੰ ਬਚਾਉਣ ਦੇ ਲਈ ਜੋ ਇਹ ਪ੍ਰਯਾਸ ਕੀਤੇ ਜਾ ਰਹੇ ਨੇ, ਇਹ ਵਾਕਈ ਸ਼ਲਾਘਾਯੋਗ ਨੇ। ਮਾਨਸਾ ਤੋਂ ਵਿਨੋਦ ਗੋਇਲ ਦੇ ਨਾਲ ਇੰਡੀਆ ਨਿਊਜ਼ ਪੰਜਾਬ।